ਅਤੇ ਹੁਣ ਡੱਲੇਵਾਲ ਸਾਹਿਬ ਨੇ ਵੀ ਇੱਕ ਬਿਆਨ ਜਾਰੀ ਕੀਤਾ ਹੈ ਖਨੌਰੀ ਬਾਰਡਰ ਤੋਂ, ਸ਼ੰਭੂ ਬਾਰਡਰ ਤੋਂ। ਕਹਿੰਦੇ ਜੀ ਜਿਹੜੇ ਇੱਕ ਤਾਂ ਇਹ ਕਹਿੰਦੇ ਸਾਜ਼ਿਸ਼ ਹੈ ਕਿ ਕਿਸਾਨਾਂ ਨੂੰ ਝੋਨਾ ਬੀਜਣ ਹੀ ਨਹੀਂ ਦੇਣਾ, ਕਹਿੰਦੇ ਕਿਸਾਨ ਵੀ ਝੋਨਾ ਬੀਜਣ ਤੋਂ ਮਨ੍ਹਾ ਕਰ ਰਹੇ ਨੇ, ਛੱਡਣ ਨੂੰ ਤਿਆਰ ਬੈਠੇ ਨੇ। ਕਿਸਾਨ ਵੱਧ ਤੋਂ ਵੱਧ ਟਰਾਲੀਆਂ ਲੈ ਕੇ ਹੁਣ ਬਾਰਡਰਾਂ ਦੇ ਉੱਤੇ ਪਹੁੰਚਣ ਤਾਂ ਜੋ ਸੰਘਰਸ਼ ਨੂੰ ਨਵੀਂ ਰੂਪ ਰੇਖਾ ਦਿੱਤੀ ਜਾ ਸਕੇ। ਕਹਿੰਦੇ ਹੁਣ ਅਸੀਂ ਆਈ ਕਾਰਡ ਦਾ ਬੜਾ ਰੌਲਾ ਪਿਆ ਕਿ ਕਿਸਾਨਾਂ ਦੀ ਸ਼ਨਾਖਤ ਕਿਵੇਂ ਹੋਵੇ। ਰਵਨੀਤ ਬਿੱਟੂ ਕਹਿੰਦੇ ਨੇ ਕਿ ਕਿਸਾਨਾਂ ਦੀ ਸਿਹਤ ਅਤੇ ਹੋਰ ਸੁਰੱਖਿਆ ਨੂੰ ਲੈ ਕੇ ਅਸੀਂ ਬੜੇ ਚਿੰਤਤ ਹਾਂ। ਕਿਸਾਨਾਂ ਦੇ ਮਸਲੇ ਨੂੰ ਹੱਲ ਕਰਨ ਵਾਸਤੇ ਕੇਂਦਰ ਅਤੇ ਸੂਬਾ ਸਰਕਾਰ ਨੂੰ ਮੀਟਿੰਗਾਂ ਸ਼ੁਰੂ ਕਰਨੀਆਂ ਚਾਹੀਦੀਆਂ ਨੇ। ਮਸਲਾ ਗੱਲਬਾਤ ਨਾਲ ਹੱਲ ਕਰਨਾ ਚਾਹੀਦਾ ਹੈ। ਦੋਵਾਂ ਧਿਰਾਂ ਨੂੰ ਪਹਿਲਕਦਮੀ ਦਿਖਾਉਣੀ ਚਾਹੀਦੀ ਹੈ, ਕਿਸਾਨਾਂ ਨੂੰ ਵੀ ਅਤੇ ਸਰਕਾਰਾਂ ਨੂੰ ਵੀ। ਕਮੇਟੀ ਨੇ ਅੰਤਰਿਮ ਰਿਪੋਰਟ ਪੇਸ਼ ਕੀਤੀ, ਉਹਦੇ ਵਿੱਚ ਬਿੱਟੂ ਸਾਹਿਬ ਵੀ ਜੋ ਵੀ ਹੈ, ਕੌਣ ਹੈ ਕੌਣ ਨਹੀਂ। ਬਕਾਰੇ ਬਿੱਟੂ ਸਾਹਿਬ ਨੇ ਬਹੁਤ ਮਾਰੇ ਸੀ ਕਿ ਜੇ ਇੱਕ ਅੱਧੀ ਸੀਟ ਕਿਤੇ ਜਿੱਤ ਗਈ ਤੇ ਸ਼ਾਇਦ ਜੈ ਜੈਕਾਰ ਦਾ ਝੰਡਾ ਪਰਚਮ ਉਹਨਾਂ ਦਾ ਹੀ ਨਾ ਲਹਿਰ ਜਾਵੇ। ਕਈ ਕਿਸਾਨ ਬਾਰੇ ਚਰਚਾ ਸੀ ਕਿ ਜਦੋਂ 20 ਚ ਅੰਦੋਲਨ ਛੱਡਿਆ ਇਹਨਾਂ ਨੇ 22 ਚ, ਤਾਂ ਕਈਆਂ ਨੂੰ ਇਹ ਚੇਤਾ ਆ ਗਿਆ ਕਿ ਆਓ ਤੁਹਾਨੂੰ ਸੀਐਮ ਬਣਾ ਦਿੰਦੇ ਆ। ਕਹਿੰਦੇ ਉਹ ਤਾਂ ਸ਼ੀਸ਼ਿਆਂ ਮੂਹਰੇ ਖੜ ਖੜ ਕੇ ਸਹੁੰ ਚੁੱਕਣ ਦੀ ਨਕਲ ਕਰਦੇ ਰਹੇ। ਆ ਜਿਹੜੀ ਨੀਤੀ ਤੁਸੀਂ ਮਗਰੋਂ ਆ ਕੇ ਪ੍ਰਚਾਰੀ ਕਿ 8000 ਰੁਪਇਆ ਕਿੱਲੇ ਦਾ ਮਿਲੂਗਾ ਜਿਹੜਾ ਝੋਨਾ ਨਹੀਂ ਬੀਜੂਗਾ, ਜੇ ਇਹ ਅਪ੍ਰੈਲ ਦੇ ਮਹੀਨੇ ਵਿੱਚ ਜਦੋਂ ਪੱਤਰ ਇੱਥੇ ਆਇਆ ਸੀ ਉਦੋਂ ਹੀ ਇਹਦਾ ਪ੍ਰਚਾਰ ਕੀਤਾ ਹੁੰਦਾ ਤਾਂ ਇਹ ਸਾਰਾ ਠੀਕ ਨਾ ਹੋ ਜਾਂਦਾ। ਰਿਪੋਰਟ ਕੀਤੀ 2000 ਤੋਂ ਲੈ ਕੇ 2015 ਤੱਕ 16,606 ਕਿਸਾਨ ਅਤੇ ਖੇਤ ਮਜ਼ਦੂਰਾਂ ਨੇ ਖੁਦਕੁਸ਼ੀ ਕੀਤੀ ਹੈ। ਹੁਣ ਜੇ ਸੁਪਰੀਮ ਕੋਰਟ ਦੀ ਕਮੇਟੀ ਵੀ ਕਹਿਣ ਲੱਗ ਗਈ ਆ ਕਿ ਇਹਨਾਂ ਨੀਤੀਆਂ ਦੇ ਵਿੱਚ ਨੁਕਸ ਹੈ, ਇਹ ਨੀਤੀਆਂ ਸਿਰਫ ਤੇ ਸਿਰਫ ਸਰਮਾਏਦਾਰਾਂ ਨੂੰ ਪੂੰਜੀਪਤੀਆਂ ਨੂੰ ਲਾਭ ਦੇਣ ਵਾਲੀਆਂ ਨੇ, ਕਿਸਾਨਾਂ ਨੂੰ ਨਹੀਂ। ਕਿਸਾਨਾਂ ਦਾ ਗਲ ਘੁੱਟਿਆ ਜਾ ਰਿਹਾ ਹੈਗਾ ਇਹ ਜਿਹੜੀ ਲਾਗਤ ਹੈ, ਅਤੇ ਇਹਦਾ ਕਰਕੇ ਕਈ ਵਾਰ ਜੇ ਦੂਜਾ 100 ਰੁਪਇਆ ਭਾਅ ਵਧਾ ਦੇ ਇਹ ਤਾਂ ਕੁਝ ਆ ਮਜ਼ਾਕ ਹੈ ਜੀ ਕਿਸਾਨਾਂ ਨਾਲ, ਅਤੇ ਜੇ ਆਪਣੇ ਵਾਲੀ ਪਾਰਟੀ 2 ਰੁਪਏ ਇਹ ਤਾਂ ਮੋਦੀ ਸਾਹਿਬ ਨੇ ਜੀ ਕਮਾਲ ਇਹ ਕਰਤੀ, ਜਿਵੇਂ $2 ਵਧਾਤੇ ਹੁੰਦੇ ਆ। ਕਿਸਾਨ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਨੇ ਆਪਣੀਆਂ ਮੰਗਾਂ ਨੂੰ ਲੈ ਕੇ, ਅਤੇ ਕਹਿੰਦੇ ਨੇ ਕਿ ਸਾਨੂੰ MSP ਦੀ ਗਰੰਟੀ ਦੇ ਦਿਓ ਅਤੇ ਅਸੀਂ ਅਗਲੀਆਂ ਫਸਲਾਂ ਬਾਰੇ ਸੋਚਾਂਗੇ। ਅਤੇ ਹੁਣ ਡੱਲੇਵਾਲ ਸਾਹਿਬ ਨੇ ਵੀ ਇੱਕ ਬਿਆਨ ਜਾਰੀ ਕੀਤਾ ਹੈ ਖਨੌਰੀ ਬਾਰਡਰ ਤੋਂ, ਸ਼ੰਭੂ ਬਾਰਡਰ ਤੋਂ। ਕਹਿੰਦੇ ਜੀ ਜਿਹੜੇ ਇੱਕ ਤਾਂ ਇਹ ਕਹਿੰਦੇ ਸਾਜ਼ਿਸ਼ ਹੈ ਕਿ ਕਿਸਾਨਾਂ ਨੂੰ ਝੋਨਾ ਬੀਜਣ ਹੀ ਨਹੀਂ ਦੇਣਾ, ਕਹਿੰਦੇ ਕਿਸਾਨ ਵੀ ਝੋਨਾ ਬੀਜਣ ਤੋਂ ਮਨ੍ਹਾ ਕਰ ਰਹੇ ਨੇ, ਛੱਡਣ ਨੂੰ ਤਿਆਰ ਬੈਠੇ ਨੇ। ਪਰ ਇਹੀ ਰੌਲਾ ਹੈ ਵੀ ਤੁਸੀਂ ਬਾਕੀ ਫਸਲਾਂ ਦੇ ਉੱਤੇ MSP ਦੀ ਕਾਨੂੰਨੀ ਗਰੰਟੀ ਦੇ ਦਿਓ ਤਾਂ ਅਸੀਂ ਹੋਰ ਫਸਲਾਂ ਬੀਜਣੀਆਂ ਸ਼ੁਰੂ ਕਰ ਦਾਂਗੇ, ਪਾਣੀ ਵੀ ਬਚਣਾ ਸ਼ੁਰੂ ਹੋ ਜਾਵੇਗਾ। ਅਤੇ ਉਹਨਾਂ ਨੇ ਹੋਰ ਵੀ ਕਈ ਮਸਲੇ ਚੁੱਕੇ ਨੇ, ਖਾਸ ਤੌਰ ਦੇ ਉੱਤੇ ਉਹ ਕਹਿੰਦੇ ਨੇ ਕਿ ਕਿਸਾਨ ਵੱਧ ਤੋਂ ਵੱਧ ਟਰਾਲੀਆਂ ਲੈ ਕੇ ਹੁਣ ਬਾਰਡਰਾਂ ਦੇ ਉੱਤੇ ਪਹੁੰਚਣ ਤਾਂ ਜੋ ਸੰਘਰਸ਼ ਨੂੰ ਨਵੀਂ ਰੂਪ ਰੇਖਾ ਦਿੱਤੀ ਜਾ ਸਕੇ। ਕਹਿੰਦੇ ਹੁਣ ਅਸੀਂ ਆਈ ਕਾਰਡ ਦਾ ਬੜਾ ਰੌਲਾ ਪਿਆ ਕਿ ਕਿਸਾਨਾਂ ਦੀ ਸ਼ਨਾਖਤ ਕਿਵੇਂ ਹੋਵੇ। ਕਹਿੰਦੇ ਜਿਹੜੇ ਸਾਡੇ ਨਾਲ ਲੰਮੇ ਸਮੇਂ ਤੋਂ ਟਿਕਣਗੇ, ਸਾਡੇ ਨਾਲ ਰਹਿ ਰਹੇ ਨੇ, ਉਹਨਾਂ ਦੇ ਹੀ ਆਈ ਕਾਰਡ ਹੁਣ ਅਸੀਂ ਇਸ਼ੂ ਕਰਨੇ ਆ ਤਾਂ ਜੋ ਕਿਸਾਨ ਅੰਦੋਲਨ ਨਵੇਂ ਤਰੀਕੇ ਦੇ ਨਾਲ ਅੱਗੇ ਵੱਧ ਸਕੇ। ਰਵਨੀਤ ਬਿੱਟੂ ਦੇ ਬਿਆਨ ਦੀ ਚਰਚਾ ਵੀ ਹੈ ਇੱਕ ਨਿੱਜੀ ਚੈਨਲ ਦੇ ਉੱਤੇ, ਉਹਨਾਂ ਨੇ ਬਿਆਨ ਦਿੱਤਾ, ਕਹਿੰਦੇ ਜੀ ਹੁਣ ਨਰਮ ਪੈ ਗਏ ਨੇ ਸੁਰ BJP ਦੀ ਹਾਰ ਤੋਂ ਬਾਅਦ। ਰਵਨੀਤ ਬਿੱਟੂ ਕਹਿੰਦੇ ਨੇ ਕਿ ਕਿਸਾਨਾਂ ਦੀ ਸਿਹਤ ਅਤੇ ਹੋਰ ਸੁਰੱਖਿਆ ਨੂੰ ਲੈ ਕੇ ਅਸੀਂ ਬੜੇ ਚਿੰਤਤ ਹਾਂ। ਕਿਸਾਨਾਂ ਦੇ ਮਸਲੇ ਨੂੰ ਹੱਲ ਕਰਨ ਵਾਸਤੇ ਕੇਂਦਰ ਅਤੇ ਸੂਬਾ ਸਰਕਾਰ ਨੂੰ ਮੀਟਿੰਗਾਂ ਸ਼ੁਰੂ ਕਰਨੀਆਂ ਚਾਹੀਦੀਆਂ ਨੇ। ਮਸਲਾ ਗੱਲਬਾਤ ਨਾਲ ਹੱਲ ਕਰਨਾ ਚਾਹੀਦਾ ਹੈ।
ਦੋਵਾਂ ਧਿਰਾਂ ਨੂੰ ਪਹਿਲਕਦਮੀ ਦਿਖਾਉਣੀ ਚਾਹੀਦੀ ਹੈ, ਕਿਸਾਨਾਂ ਨੂੰ ਵੀ ਅਤੇ ਸਰਕਾਰਾਂ ਨੂੰ ਵੀ। ਦੇਖੋ ਇੱਕ ਚੀਜ਼ ਅੱਜ ਕਿਸਾਨਾਂ ਦੀ ਫੇਵਰ ਦੇ ਵਿੱਚ, ਉਹਨਾਂ ਦੇ ਹੱਕ ਦੇ ਵਿੱਚ ਗਈ, ਜਿਹੜੀ ਸੁਪਰੀਮ ਕੋਰਟ ਦੀ ਕਮੇਟੀ ਨੇ ਅੰਤਰਮ ਰਿਪੋਰਟ ਪੇਸ਼ ਕੀਤੀ ਹੈ, ਉਹਦੇ ਵਿੱਚ ਬਿੱਟੂ ਸਾਹਿਬ ਵੀ ਜੋ ਵੀ ਹੈ, ਕੌਣ ਹੈ ਕੌਣ ਨਹੀਂ। ਫਕਾਰੇ ਬਿੱਟੂ ਸਾਹਿਬ ਨੇ ਬਹੁਤ ਮਾਰੇ ਸੀ ਕਿ ਜੇ ਇੱਕ ਅੱਧੀ ਸੀਟ ਕਿਤੇ ਜਿੱਤ ਗਈ ਤਾਂ ਸ਼ਾਇਦ ਜੈ ਜੈਕਾਰ ਦਾ ਝੰਡਾ ਪਰਚਮ ਉਹਨਾਂ ਦਾ ਹੀ ਨਾ ਲਹਿਰ ਜਾਵੇ। ਕਈ ਕਿਸਾਨ ਬਾਰੇ ਚਰਚਾ ਸੀ ਕਿ ਜਦੋਂ 20 'ਚ ਅੰਦੋਲਨ ਛੱਡਿਆ ਇਹਨਾਂ ਨੇ 22 'ਚ, ਤਾਂ ਕਈਆਂ ਨੂੰ ਇਹ ਚੇਤਾ ਆ ਗਿਆ ਕਿ ਆਓ ਤੁਹਾਨੂੰ CM ਬਣਾ ਦਿੰਦੇ ਹਾਂ। ਕਹਿੰਦੇ ਉਹ ਤਾਂ ਸ਼ੀਸ਼ਿਆਂ ਮੂਹਰੇ ਖੜ ਖੜ ਕੇ ਸਹੁੰ ਚੁੱਕਣ ਦੀ ਨਕਲ ਕਰਦੇ ਰਹੇ। ਹੋਇਆ ਕੁਛ ਹੋਰ, ਜਦੋਂ ਭੋਗ ਪੈਂਦਾ ਨੌਵੇਂ ਮਹੱਲੇ ਦੇ ਸ਼ਲੋਕਾਂ 'ਚ ਕਹਿੰਦੇ ਆ ਨਾ, ਔਰਾ ਕੀ ਔਰਾ ਭਈ ਚਿੱਤ ਪਿੱਤ ਰਿਹਾ ਟਕੋਰ ਨਾਨਕ ਫਾਸੀ ਗੱਲ। ਸੋ ਸੋਚ ਹੋਰ ਹੁੰਦੀ ਹੈ, ਬਣ ਕੁਛ ਹੋਰ ਜਾਂਦਾ। ਜਿਹੜੀ ਗੱਲ ਤੁਸੀਂ ਕਹੀ ਹੈ ਕਿ ਕਿਸਾਨ ਛੱਡਣ ਨੂੰ ਤਿਆਰ ਹੈ, ਮੈਂ ਕਹਿੰਦਾ 100% ਛੱਡਣ ਨੂੰ ਤਿਆਰ ਹੈ, ਉਹਨੂੰ ਬਦਲਵੀਂ ਫਸਲ ਦਾ ਮੰਡੀਕਰਨ ਮਿਲੇ। ਇਸ ਹਿੰਦੁਸਤਾਨ ਦੇ ਵਿੱਚ, ਇਸ ਭਾਰਤ ਦੇ ਵਿੱਚ ਜਦੋਂ ਤੱਕ ਇਹ ਨਹੀਂ ਹੁੰਦਾ ਕਿ ਕਿਹੜੀ ਫਸਲ ਦੀ ਕਿੰਨੀ ਲੋੜ ਹੈ ਸਾਨੂੰ, ਕਿੰਨੀ ਸਾਡੇ ਕੋਲ ਸਮਰੱਥਾ 'ਚ ਪਈ ਹੈ। ਤੁਸੀਂ ਇੰਨਾ ਰੌਲਾ ਪਾਈ ਜਾਂਦੇ ਹੋ, ਕਣਕ ਝੋਨਾ ਕਣਕ ਝੋਨਾ ਕਣਕ ਝੋਨਾ, ਅਗਲੇ ਸਾਲ ਦੀ ਨੀਤੀ ਦੇ ਦਿਓ ਕਿ ਇੰਨਾ ਝੋਨਾ ਖਰੀਦਾਂਗੇ, ਇਸ ਤੋਂ ਬਾਅਦ ਝੋਨਾ ਨਹੀਂ ਖਰੀਦਣਾ। ਜਿਹਦੇ ਕੋਲ 10 ਕਿੱਲੇ ਹੈ ਉਹਦੇ 5 ਕਿੱਲਿਆਂ ਤੋਂ ਵੱਧ ਝੋਨਾ ਨਹੀਂ ਹੋਣਾ ਚਾਹੀਦਾ, ਉਹਨੂੰ 5 ਕਿੱਲੇ ਬਦਲਵੀਆਂ ਫਸਲਾਂ। ਆ ਜਿਹੜੀ ਨੀਤੀ ਤੁਸੀਂ ਮਗਰੋਂ ਆ ਕੇ ਪ੍ਰਚਾਰੀ ਕਿ 8000 ਰੁਪਇਆ ਕਿੱਲੇ ਦਾ ਮਿਲੂਗਾ ਜਿਹੜਾ ਝੋਨਾ ਨਹੀਂ ਬੀਜੂਗਾ, ਜੇ ਇਹ ਅਪ੍ਰੈਲ ਦੇ ਮਹੀਨੇ ਵਿੱਚ ਜਦੋਂ ਪੱਤਰ ਇੱਥੇ ਆਇਆ ਸੀ ਉਦੋਂ ਹੀ ਇਹਦਾ ਪ੍ਰਚਾਰ ਕੀਤਾ ਹੁੰਦਾ ਤਾਂ ਇਹ ਸਾਰਾ ਠੀਕ ਨਾ ਹੋ ਜਾਂਦਾ, ਇਹਦੇ ਵਿੱਚ ਫਰਕ ਨਾ ਪੈ ਜਾਂਦਾ, ਇਹ ਚੀਜ਼ਾਂ ਬਚ ਨਾ ਜਾਂਦੀਆਂ। ਅੱਜ ਵੀ ਲੋੜ ਹੈ ਕਿਹੜੀ ਚੀਜ਼ ਕਦੋਂ ਕਿੰਨੀ ਬੀਜੀ ਜਾਣੀ ਹੈ ਉਹਦੇ 'ਤੇ ਕੀਤਾ ਜਾਵੇ। ਜਿਹੜੀ ਅੰਤਰਮ ਰਿਪੋਰਟ ਇਹਨਾਂ ਨੇ ਭੇਜੀ ਹੈ ਸੁਪਰੀਮ ਕੋਰਟ ਦੇ ਜਿਹੜੇ ਹਾਈ ਕੋਰਟ ਦੇ ਸਾਬਕਾ ਜੱਜ ਨੇ ਨੈਬ ਸਿੰਘ ਸਾਹਿਬ, ਉਹਨਾਂ ਦੀ ਅਗਵਾਈ ਦੇ ਵਿੱਚ ਇੱਕ ਕਮੇਟੀ ਬਣੀ ਸੀ, ਉਹਨਾਂ ਨੇ ਕਈ ਮੁੱਦੇ ਵਿਚਾਰੇ, 11 ਮੁੱਦੇ ਤਿਆਰ ਕੀਤੇ ਨੇ, ਔਰ ਜਸਟਿਸ ਇਹਦੇ ਵਿੱਚ ਸੂਰਿਆਕਾਂਤ, ਜਸਟਿਸ ਉੱਜਲ ਭਈਆ ਦੇ ਆਧਾਰ 'ਤੇ ਬੈਂਚ ਨੇ ਇਸ ਮਾਮਲੇ ਦੇ ਵਿੱਚ ਇੱਕ ਰਿਪੋਰਟ ਪੇਸ਼ ਕਰ ਦਿੱਤੀ ਹੈ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ, ਜਿਹਦੇ ਵਿੱਚ ਉਹਨਾਂ ਨੇ ਕਿਸਾਨਾਂ ਸਰ ਜਿਹੜੇ ਕਰਜ਼ੇ ਦਾ ਵੀ, ਜਿਹੜਾ ਸੰਸਥਾਪਕ ਕਰਜ਼ਾ ਪੰਜਾਬ ਦੇ ਕਿਸਾਨਾਂ ਦਾ 73,673 ਕਰੋੜ ਹੈ, ਜਦੋਂ ਕਿ ਇਹੀ ਕਰਜ਼ਾ ਹਰਿਆਣੇ ਦੇ ਵਿੱਚ 76,630 ਕਰੋੜ ਪੰਜਾਬ ਤੋਂ ਵੱਧ ਹੈ। ਖੁਦਕੁਸ਼ੀਆਂ ਫਿਰ ਪੰਜਾਬ 'ਚ ਵੱਧ ਨੇ। ਉਹ ਕਹਿੰਦੇ ਕਿ ਸੈਂਪਲ ਸਰਵੇਖਣ ਸੰਗਠਨ ਮੁਤਾਬਕ ਪੰਜਾਬ ਦੇ ਕਿਸਾਨਾਂ 'ਤੇ ਕੁੱਲ ਬਕਾਇਆ ਕਰਜ਼ੇ ਦਾ 21.3% ਦੇ ਲਗਭਗ ਹੈ, ਔਰ ਪੇਂਡੂ ਜੀਵਨ ਜਿਹੜਾ ਕਹਿੰਦੇ ਵੱਧ ਸਮੱਸਿਆਵਾਂ ਦੇ ਵਿੱਚ ਹੈ। ਉਹਨਾਂ ਨੇ ਜਿਹੜੀ ਰਿਪੋਰਟ ਦੇ ਵਿੱਚ ਇਹੋ ਹੀ ਕਿਹਾ ਕਿ ਕਰਜ਼ੇ 'ਤੇ ਲਾਗਤ ਵਧਣ ਅਤੇ
ਨਾਕਾਫੀ ਮੰਡੀ ਪ੍ਰਣਾਲੀ ਸਮੇਤ ਕਈ ਕਾਰਨ ਨੇ ਜਿਹੜੀਆਂ ਸ਼ੰਭੂ ਬਾਰਡਰ ਜਾਂ ਹੋਰ ਪ੍ਰਦਰਸ਼ਨ ਕਰ ਰਹੇ ਨੇ। ਉਹਨਾਂ ਨੇ ਸਾਬਕਾ ਜੱਜ ਸੀਗੇ, ਮੈਂ ਦੱਸਿਆ ਜਿਵੇਂ ਪੰਜਾਬ ਅਤੇ ਹਰਿਆਣਾ ਉੱਚ ਅਦਾਲਤ ਦੇ ਨੈਬ ਸਿੰਘ ਸਾਹਿਬ, ਉਹਨਾਂ ਦੀ ਅਗਵਾਈ 'ਚ ਗਠਿਤ ਕੀਤਾ ਸੀ MSP ਸਮਰਥਨ ਮੁੱਲ ਘੱਟੋ ਘੱਟ। ਇਸ ਸੰਬੰਧ ਦੇ ਵਿੱਚ ਉਹ ਸਾਰੀ ਰਿਪੋਰਟ ਹੈ ਜਿਹੜੀ ਤਿਆਰ ਹੋਈ, ਅਤੇ ਹੁਣ ਇਹ ਪਤਾ ਲੱਗਿਆ ਇਹਦੇ ਵਿੱਚ ਕਿ ਜਦੋਂ ਤੱਕ ਕਿਸਾਨਾਂ ਦੀ ਲਾਗਤ ਮੁੱਲ ਅਤੇ ਉਹਨਾਂ ਦਾ ਮੁਨਾਫਾ, ਇਹਦਾ ਕੋਈ ਨਾ ਕੋਈ ਲੇਖਾ ਜੋਖਾ ਨਹੀਂ ਕੀਤਾ ਜਾਂਦਾ, ਇਹ ਸਮੱਸਿਆਵਾਂ ਜਾਰੀ ਰਹਿਣਗੀਆਂ। ਇੱਕ ਉਹਦੇ ਵਿੱਚ ਹੋਰ ਗੱਲ ਕਹੀ ਗਈ ਹੈ ਕਿ 1995 ਤੋਂ ਬਾਅਦ ਹੁਣ ਤੱਕ ਦੇ ਅੰਕੜਿਆਂ ਮੁਤਾਬਕ 4 ਲੱਖ ਤੋਂ ਵੱਧ ਕਿਸਾਨ ਖੇਤ ਮਜ਼ਦੂਰ ਖੁਦਕੁਸ਼ੀ ਕਰ ਚੁੱਕੇ ਨੇ। ਪੰਜਾਬ 'ਚ 3 ਯੂਨੀਵਰਸਿਟੀਆਂ ਨੇ ਜਿਹੜੀ ਰਿਪੋਰਟ ਕੀਤੀ 2000 ਤੋਂ ਲੈ ਕੇ 2015 ਤੱਕ 16,606 ਕਿਸਾਨ ਅਤੇ ਖੇਤ ਮਜ਼ਦੂਰਾਂ ਨੇ ਖੁਦਕੁਸ਼ੀ ਕੀਤੀ ਹੈ। ਹੁਣ ਜੇ ਸੁਪਰੀਮ ਕੋਰਟ ਦੀ ਕਮੇਟੀ ਵੀ ਕਹਿਣ ਲੱਗ ਗਈ ਹੈ ਕਿ ਇਹਨਾਂ ਨੀਤੀਆਂ ਦੇ ਵਿੱਚ ਨੁਕਸ ਹੈ, ਇਹ ਨੀਤੀਆਂ ਸਿਰਫ ਅਤੇ ਸਿਰਫ ਸਰਮਾਏਦਾਰਾਂ ਨੂੰ ਪੂੰਜੀਪਤੀਆਂ ਨੂੰ ਲਾਭ ਦੇਣ ਵਾਲੀਆਂ ਨੇ, ਕਿਸਾਨਾਂ ਨੂੰ ਨਹੀਂ। ਕਿਸਾਨਾਂ ਦਾ ਗਲ ਘੁੱਟਿਆ ਜਾ ਰਿਹਾ ਹੈਗਾ ਇਹ ਜਿਹੜੀ ਲਾਗਤ ਹੈ, ਅਤੇ ਇਹਦਾ ਕਰਕੇ ਕਈ ਵਾਰ ਜੇ ਦੂਜਾ 100 ਰੁਪਇਆ ਭਾਵ ਦਾ ਦੇ, ਇਹ ਤਾਂ ਕੁਝ ਆ ਮਜ਼ਾਕ ਹੈ ਜੀ ਕਿਸਾਨਾਂ ਨਾਲ, ਅਤੇ ਜੇ ਆਪਣੇ ਵਾਲੀ ਪਾਰਟੀ 2 ਰੁਪਏ, ਇਹ ਤਾਂ ਮੋਦੀ ਸਾਹਿਬ ਨੇ ਜੀ ਕਮਾਲ ਏ ਕਰਤੀ, ਜਿਵੇਂ $2 ਵਧਾਤੇ ਹੁੰਦੇ ਆ। ਸੋ ਸਾਡੀਆਂ ਰਾਜਸੀ ਪਾਰਟੀਆਂ ਉਹਨਾਂ ਨੇ ਆਪਦੇ ਪਰਿਵਾਰਾਂ ਦੇ ਖਜ਼ਾਨੇ ਵਧਾਏ ਨੇ, ਰਾਜਾਂ ਦੇ ਖਜ਼ਾਨੇ ਵਧਾਉਣ ਵਾਲੇ ਯਤਨ ਨਹੀਂ ਕੀਤਾ, ਸਾਰੇ ਹੀ ਕਿਸਾਨ ਖੁਦ ਵੀ। ਕਿਸਾਨਾਂ ਦੀਆਂ ਜਥੇਬੰਦੀਆਂ ਦੇ ਵਿੱਚ ਮੈਨੂੰ ਦੱਸੋ ਕਿਸਾਨ ਦੀ ਕਿਹੜੀ ਜਥੇਬੰਦੀਆਂ ਜਾਗਰੂਕ ਕਰਦੀ ਆ ਕਿਸਾਨ ਨੂੰ ਕਿ ਤੂੰ ਭਾਈ 15-15, 20-20 ਲੱਖ ਵਾਲਾ ਟਰੈਕਟਰ ਨਾਲ ਹੈ, ਕੌਣ ਕਰਦਾ? ਕੋਈ ਚੀਜ਼ਾਂ ਕਿਸਾਨ ਨੂੰ ਵੀ ਜਾਗਰੂਕ ਕਰਨੀਆਂ ਚਾਹੀਦੀਆਂ ਵੀ ਵਿਆਹਾਂ 'ਤੇ 4-4 ਸਮਾਗਮ ਕਰਦਾ ਨਾ ਕਰ, ਇਹ ਸਾਰੀਆਂ ਚੀਜ਼ਾਂ ਸੋਚਣ ਵਾਲੀਆਂ ਨੇ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ, ਗੱਲ ਕਰਾਂਗੇ ਸਿਆਸੀ ਹਵਾ ਦੀ, ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ, ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ, ਹਰ ਮਸਲੇ 'ਤੇ ਰਹੇਗੀ ਤਿੱਖੀ ਨਜ਼ਰ, ਦੱਸਾਂਗੇ ਕੌਣ ਕਰ ਰਿਹਾ ਹੈ, ਕਿਹਦੇ 'ਤੇ ਜ਼ਬਰ, ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ, ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ, ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ, ਹਰ ਮੁੱਦੇ 'ਤੇ ਹੋਣਗੇ ਰੋਜ਼ ਚਰਚੇ, ਖੋਲਾਂਗੇ ਅੰਦਰੂਨੀ ਰਾਜ਼, ਬਣਾਂਗੇ ਬੁਲੰਦ ਆਵਾਜ਼, ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ, ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਾਰਾਂਗੇ ਝਾਤ, ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ, ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ, ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ, ਕੀ ਕਰਦੀ ਹੈ ਸਾਡੀ ਸਰਕਾਰ, ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ, D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ ਸਿਰਫ ਲੋਕਾਂ ਦੀ ਗੱਲ।